ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ? ਸਭ ਵਧੀਆ ਜੇ? ਅਤੇ ਅੱਜ ਦਾ ਆਪਣਾ ਵਲੋਗ ਆ ਸੀ, ਅਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸਾਡੇ ਪਿੰਡ 'ਚ ਇੱਕ ਘਰ ਹੈ ਜਿਹੜਾ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਐਚ ਕੋਰ ਕਿ ਡੱਠਾ ਪਿਆ, ਅਤੇ ਕੁਛ ਇਹ ਕਮਰੇ ਖੜ੍ਹੇ ਨੇ, ਇਹਨਾਂ ਨੂੰ ਵੀ ਤਾਲੇ ਲੱਗੇ ਪਿਆ, ਅਤੇ ਇਹਨਾਂ ਦੇ ਚੈੱਕ ਕਰੋ ਕਿ ਹੁਣ ਤਾਂ ਇਹ ਸਮਾਂ ਹੀ ਨਹੀਂ ਰਹਿ ਗਿਆ ਕਿ ਇੰਨਾ ਅਰਸਾ ਕੋਈ ਚੀਜ਼ ਰਹਿ ਜਾਵੇ। ਇਹ ਫਿਰ ਵੀ ਚੈੱਕ ਕਰੋ ਕਿਵੇਂ ਜੁਗਾੜ ਲਾ ਕੇ ਰੱਸਿਆਂ ਨਾਲ ਬੰਨ੍ਹ ਕੇ ਅਤੇ ਦਰਵਾਜ਼ੇ ਕਾਇਮ ਕੀਤੇ ਹੋਏ ਆ, ਕਿੱਡਾ ਵਧੀਆ ਮਾਹੌਲ ਆ। ਨਹੀਂ ਚੱਲਦੀ ਹੈ ਜਾਂਦੀ ਦੋਸਤੋ। ਇਹ ਜੋ ਗਲੀ ਤੁਹਾਨੂੰ ਮੈਂ ਦਿਖਾ ਰਿਹਾ, ਇਹ ਗਲੀ 20 ਪਿੰਡਾਂ ਨੂੰ ਮਿਲਾਉਂਦੀ ਆ। ਦੋਸਤੋ ਤੁਸੀਂ ਸੋਚਦੇ ਹੋਵੋਗੇ ਕਿ ਆਹ ਗਲੀ ਕਿੱਦਾਂ 20 ਪਿੰਡਾਂ ਨੂੰ ਮਿਲਾਉਂਦੀ ਹੋਏਗੀ। ਇਹ ਗਲੀ ਨਵਾਬ ਸੂਬਾ ਸਾਦਕ ਨੇ ਬਣਵਾਈ ਸੀ, ਜਿਸ ਤਰ੍ਹਾਂ ਸੁਰੰਗਾ ਹੀ ਸਮਝ ਲਓ ਬਾਦਸ਼ਾਹ ਆਪਣੇ ਜਜ਼ੀਰਿਆਂ ਨੂੰ ਜਾਂ ਆਪਣੇ ਮਹਿਲਾਂ ਨੂੰ ਇੱਕ ਸੁਰੰਗਾ ਲੈ ਜਾਂਦੇ ਸਨ। ਇਹ ਵੀ ਸਾਡੇ ਪਿੰਡ ਦੇ ਵਿੱਚ ਇਹ ਸੁਰੰਗ ਬਣੀ ਹੋਈ ਸੀ, ਸਮਝ ਲਓ ਕਿ ਇੱਕ ਗਲੀ ਸੀ 20 ਪਿੰਡਾਂ ਨੂੰ ਮਿਲਾਉਂਦੀ ਸੀ। ਇਹ ਅੰਦਰ ਘਰ ਵੀ ਐਵੇਂ ਪਿਆ। ਤੇਰੇ ਘਰ ਦਾ ਚੱਲੇ ਇਹਨੂੰ ਬੱਚੇ ਦੀ ਬਣਾ ਉਹ ਪਹਿਲੇ ਕੋਠਾ ਤੋਂ ਵਿਹੜਾ ਸੀ। ਅੱਛਾ ਆਹ ਵਿਹੜਾ ਪਹਿਲੇ ਕੋਠੇ ਨਹੀਂ ਉਹ ਕੰਨੀ ਵਾਲੇ ਦੋਸਤੋ। ਤੇ ਇਹ ਚੈੱਕ ਕਰੋ ਕਿੱਦਾਂ ਮਾਹੌਲ ਆ ਸਾਡੇ ਪਿੰਡਾਂ ਦਾ, ਇਹ ਪੰਜਾਬ ਦਾ ਸਾਡਾ ਕਲਚਰ ਆ, ਕਿੱਦਾਂ ਗੜਿਆਂ 'ਚ ਪਾਣੀ ਭਰ ਕੇ ਰੱਖਿਆ ਪਿਆ, ਅਤੇ ਕੱਚੇ ਕਮਰੇ ਆ, ਅਤੇ ਮਤਲਬ ਸਮਾਂ ਹੀ ਕੁਛ ਹੋਰ ਆ, ਅਤੇ ਬੜਾ ਮੋਜਦਾ ਹੀ ਹੋ ਗਿਆ ਜੇ। ਚੈੱਕ ਕਰੋ ਜੀ ਹਲਕੇ ਨਲਕੇ ਦੀ ਹੱਥੀ ਨੂੰ ਕੋਈ ਗੇੜਦਾ ਨਹੀਂ ਪਿਆ, ਅਤੇ ਨਲਕਾ ਆਪੇ ਹੀ ਗੇੜਦਾ ਪਿਆ, ਨਾ ਇੱਥੇ ਕੋਈ ਬਿਜਲੀ ਨੇ ਅਤੇ ਨਾ ਕੋਈ ਸਿਸਟਮ ਨੇ। ਵਾਹ ਬਾਈ ਨਲਕਿਆ ਵਾਹ, ਆਪੇ ਹੀ ਚੱਲਿਆ ਖੜਾ। ਚੈੱਕ ਕਰ ਲਓ ਜੀ, ਮੈਂ ਤੁਹਾਨੂੰ ਵਿਖਾ ਦਿੰਦਾ ਕੋਈ ਸਿਸਟਮ ਨਾ, ਬਿਜਲੀ ਸ਼ਿਜਲੀ ਤਾਂ ਹੈ ਹੀ ਕੋਈ, ਅਤੇ ਨਲਕੇ ਉਰੀ ਆਪੇ ਹੀ ਚਲੀ ਜਾ ਰਹੇ ਨੇ। ਕੀ ਬਣਾਈ ਜਾਂਦੇ ਨੇ ਤੁਸੀਂ? ਤਬ